अस्सलाम वालेकुम खवातीन हज़रात, सखावनाज ऑफिशियल दे विच तुहानू खुश आमदीद। मेरा ए रूप वेख के तुसी समझ गए होवो कि अज फिर किसी दे नाल काल मिलन वाली है। खवातीन हज़रात बिल्कुल तुसी ठीक समझे हो, अज फिर एक बंदे नूं असी काल मिलाने वाले हैं जिदे नाल गुफ्तगू होएगी, प्यार भरिया गल्लां होणगियां ते फिर उहदा तपना तुहाडे सामने आएगा। खवातीन हज़रात सब तो पहले तुहाडा शुक्रिया अदा करना कि तुसी सखावनाज ऑफिशियल चैनल दे हर प्रोग्राम नूं बड़ा लाइक किया, बड़ा पसंद किया, बहुत बहुत शुक्रिया। ते हुण वेला होया एक नवी कॉल मिलाण दा ते तुहाडे चेहरे ते हासे लियाण दा। ते आओ मेरे नाल एक बंदे नूं कॉल मिलाने ते उहनूं पुछने ओह की कर रहा ते असीं उहदे नाल की करना है। हैलो हैलो जी, अस्सलाम वालेकुम। वालेकुम सलाम जी। सर की हाल है? खालिद फरूक लाल पंप वाले बोल रहे हो जनाब? जी 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 हुजूर जी, बड़ी मेहरबानी। सर की हाल है जनाब? बड़ा करम है जी अल्लाह दा। मैं जी मिठू बोल रहा जनाब, अपना मियाँ तनवीर साहब की दुकान तो। मियाँ तनवीर साहब नु जानते ना, चनोट बाजार जिन्हां दी कंबलां दी दुकान है। हां जी हां जी हां जी हां जी हां जी, ओतो बोल रहे जी मिठू। मैं दो पंप ला के आया उन्हां दे। हां जी हां जी बिल्कुल बिल्कुल ओही ओही ओही। ते जनाब इजी हो या कितरे कम ते लगे सो? रेट अजकल की चल रहा भला? रेट जिहड़ा अच्छा पंप आ जी उहदा रेट हैगा 15000 रुपया, 15 to 16000। अच्छा, ते जिहड़ा हवा भरन वाला पंप उहदा की हुंदा? उह तां भाजी उहनां नाल साडा तल्लक ही कोई नहीं है। अच्छा, ਉਹ ਵੈਸੇ ਫ੍ਰੀ ਵੀ ਭਰ ਦਿੰਦੇ ਨੇ ਜਨਾਬ? ਨਹੀਂ ਉਹਨਾਂ ਦਾ ਕੋਈ ਤਲਕ ਨਹੀਂ, ਅਸੀਂ ਸਿਰਫ ਪੰਪ ਪਾਣੀ ਵਾਲੇ ਲਾਉਂਦੇ। ਪਾਣੀ ਵਾਲਾ ਲਾਲ ਪੰਪ ਜੀ, ਬਿਲਕੁਲ ਬਿਲਕੁਲ। ਇਹ 15000 ਤੋਂ ਮਤਲਬ 20000 ਤੱਕ? 16000 ਤੱਕ ਹੈ ਜੀ। 16000 ਤੱਕ ਇਹ ਅੱਛੀ ਕੁਆਲਿਟੀ ਦਾ ਨਾ ਜੀ? ਹਾਂਜੀ ਲਾਲ ਪੰਪ ਜੀ, ਸਿਰ ਲਾਲ ਜਿਵੇਂ ਦਵਾਣੇ ਲਾਲ ਲੈਂਦੇ ਉਦਾਂ ਦਾ ਕਲਰ ਆ। ਅੱਛਾ ਅੱਛਾ ਅੱਛਾ, ਦਵਾਣਿਆਂ ਵਰਗਾ। ਤੇ ਇਹਦੀ ਗਰੰਟੀ ਵੀ ਹੁੰਦੀ ਜੀ ਕੋਈ? ਗਰੰਟੀ ਦੇਖੋ ਜੀ, ਜਿਹਨਾਂ ਨੇ ਦੇਣਾ ਨਾ ਉਹਨਾਂ ਨੇ ਗਰੰਟੀ ਲਿਖ ਕੇ ਦੇਣੀ ਹੁੰਦੀ ਹੈ। ਤੇ ਜ਼ਿੰਮੇਵਾਰੀ ਤੇ ਤੁਹਾਡੀ ਹੁੰਦੀ ਨਾ ਜੀ? ਜ਼ਿੰਮੇਵਾਰੀ ਜੀ ਉਹਨਾਂ ਦੀ ਹੈ ਤੇ ਤੁਹਾਡੀ ਜ਼ਿੰਮੇਵਾਰੀ ਹੈ ਜੀ। ਪੰਪ ਜਦੋਂ ਅਸੀਂ ਲਾ ਦੇਣਾ ਫਿਰ ਅਸੀਂ ਤੁਹਾਡੇ ਕੋਲ ਕਿਹੜਾ ਮੰਜੀ ਢਾ ਕੇ ਬੈਠੇ ਹੋਣਾ। ਹਾਂ ਗੱਲ ਠੀਕ, ਤੁਸੀਂ ਆਪ ਹੀ ਮਿਲਣਾ। ਅੱਛਾ ਭਾਜੀ, ਇਹ ਮਤਲਬ ਪੈਪ ਕਿੰਨਾ ਕੁ ਲੱਗ ਜਾਏਗਾ ਜਿੱਥੇ ਤੁਸੀਂ ਪੰਪ ਲਾਉਂਦੇ ਹੋ? ਕਿੰਨਾ ਕੁ ਅਮੂਮਨ ਪੈਪ ਲੱਗਦਾ? ਪੈਪ ਜੀ ਉਹਨੇ ਜਗ੍ਹਾ ਦੇਖ ਕੇ ਆ ਵੀ ਉੱਥੇ ਕਿੰਨੇ ਫੁੱਟ ਦੀ ਗਹਿਰਾਈ ਹੈ ਜਿੱਥੋਂ ਪਾਣੀ ਮਤਲਬ ਸਾਨੂੰ ਮਿਲ ਜਾਵੇ। ਹਾਂ ਹਾਂ, ਉਹ ਦੇਖਣਾ ਪਏਗਾ। ਅੱਛਾ, ਜਿੰਨੇ ਫੁੱਟ ਤੇ ਮਤਲਬ ਹੋਵੇ ਤੇ ਉਨੇ ਫੁੱਟ ਦਾ ਪੈਪ ਪੈਂਦਾ ਉੱਥੇ? 85 95 96 ਫੁੱਟ ਤੇ ਪਾਣੀ ਜਿਹੜਾ ਨਾ ਜੀ ਆ ਜਾਂਦਾ। ਠੀਕ ਹੈ ਜੀ। ਮੈਂ ਭਾਜੀ ਜਿਹੜਾ ਸਾਡਾ ਪਾਣੀ ਹੈ ਨਾ ਉਹ ਮੇਰਾ ਖਿਆਲ 1.5 ਫੁੱਟ ਦੀ ਗਹਿਰਾਈ ਤੇ ਹੈ ਜੀ। ਤੁਸੀਂ ਬਾਰਿਸ਼ ਦੇ ਪਾਣੀ ਨੂੰ ਭਾਜੀ ਪੈਪ ਲਾਉਣਾ ਹੈ? ਨਹੀਂ ਭਾਜੀ, ਅਸਲ 'ਚ ਗੱਲ ਪਤਾ ਕਿ ਜਿਹੜਾ ਗਲੀ 'ਚ ਪਾਣੀ ਖਲੋਤਾ ਹੁੰਦਾ ਨਾ, ਮੈਂ ਉਹਦੀ ਗੱਲ ਕਰ ਰਿਹਾ। ਹਾਂ, ਤੇ ਉਹਨੂੰ ਭਾਜੀ ਪੰਪ ਲਾਉਣ ਦੀ ਜ਼ਰੂਰਤ ਹੀ ਕੋਈ ਨਹੀਂ, ਉਹ ਪੀਣਾ ਤਾਂ ਤੁਸੀਂ ਉਹ ਬੋਤਲ ਵਾਲੇ ਪੈਪ ਨਾਲ ਪੀ ਲਓ। ਪਾਣੀ ਖਲੋਤਾ ਨਾ ਜਿਹੜਾ ਉਹ ਜਿਹੜਾ ਸਾਡੀ ਗਲੀ ਚ ਪਾਣੀ ਖਲੋਤਾ ਨਾ ਉਹ ਮੇਰੇ ਮੂੰਹ ਨਿਕਲ ਗਿਆ ਕਿ ਉਹ 1.5 ਫੁੱਟ ਤੇ ਖਲੋਤਾ। ਹਾਂਜੀ ਹਾਂਜੀ, ਤੁਸੀਂ ਲਾਉਣਾ ਜ਼ਮੀਨ ਦੇ ਵਿੱਚ ਪੰਪ? ਤੇ ਜ਼ਮੀਨ ਵਾਲੀ ਗਹਿਰਾਈ ਜਿਹੜੀ ਉਹ ਕਿੰਨੀ ਹੁੰਦੀ, ਕਿੰਨਾ ਪੈਪ ਹੁੰਦਾ? ਗਹਿਰਾਈ ਮੈਂ ਤੁਹਾਨੂੰ ਦੱਸਿਆ ਜੀ 96 85 83, ਜਿੱਥੋਂ ਪਾਣੀ ਸਾਨੂੰ ਮੁਹੱਈਆ ਹੋ ਜਾਵੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ 10 ਫੁੱਟ ਥੱਲੇ ਨੂੰ ਜਾਈਏ ਤਾਂ ਕਿ ਪਾਣੀ ਜਿਹੜਾ ਆ ਸਾਫ਼ ਸੁਥਰਾ ਮਿਲੇ। ਅੱਛਾ, ਹਾਂ ਵੈਰੀ ਗੁੱਡ, ਅੱਛੀ ਗੱਲ ਹੈ, ਅੱਛੀ ਗੱਲ ਹੈ। 5-7 ਫੁੱਟ ਪੈਪ ਜ਼ਿਆਦਾ ਵੀ ਲੱਗ ਜਾਏ ਤਾਂ ਕੋਈ ਐਸੀ ਗੱਲ। ਠੀਕ ਹੈ ਭਾਜੀ, ਤੁਸੀਂ ਜਿਹੜਾ 95 ਫੁੱਟ ਵਾਲੀ ਗਹਿਰਾਈ ਹੈ ਨਾ ਉਹਦੇ ਹਿਸਾਬ ਨਾਲ ਮੈਨੂੰ ਦੱਸੋ ਪੈਪ ਕਿੰਨਾ ਲੱਗੇਗਾ? ਪੈਪ ਜੀ ਜਿੰਨਾ ਮਤਲਬ ਫੁੱਟ ਦੇ ਹਿਸਾਬ ਨਾਲ ਹੋਏਗਾ, ਜਿੰਨਾ ਪੈਪ ਹੋਏਗਾ ਉਨਾ ਤੁਹਾਨੂੰ ਬਿੱਲ ਬਣ ਜਾਏਗਾ, ਤੁਹਾਨੂੰ ਦੱਸ ਦੇਣਗੇ ਵੀ ਇੰਨੇ ਪੈਸੇ ਲੱਗੇ। ਅੱਛਾ, ਤੇ ਮਤਲਬ ਇਹ ਜ਼ਮੀਨੀ ਪੈਪ ਹੋ ਗਿਆ ਤੇ ਦੂਸਰਾ ਜਿਹੜਾ ਉੱਤੇ ਲਾਈਦਾ ਉਹ ਤੁਸੀਂ ਆਪ ਦੱਸਣਾ ਜੀ, ਉਹਦੀ ਜਿਹੜਾ ਡਰਾਮਾ ਰੱਖਣਾ ਜਾਂ ਹੌਦੀ ਕੀ? ਉਹ ਛੱਤ ਤੇ ਉੱਤੇ ਰੱਖਾਂਗੇ ਜੀ। ਛੱਤ ਤੇ? ਉਹ ਛੱਤ ਦੀ ਤੁਸੀਂ ਲੰਬਾਈ ਵੇਖ ਲਓ ਉਹਦੇ ਹਿਸਾਬ ਦੇ ਨਾਲ ਪੈਪ। ਉਹ ਨਹੀਂ ਮੈਨੂੰ ਪਤਾ, ਤੁਸੀਂ ਪੈਪ ਲੈ ਆਓ ਬਸ। ਪੈਪ ਕਿੱਦਾਂ ਲੈ ਆਈਏ ਜੀ ਉਹਨੂੰ? ਮੇਰਾ ਵਾ ਤੁਸੀਂ ਸਾਨੂੰ ਦੱਸੋ ਕਿ ਵੀ ਇਹ ਨਹੀਂ ਦੱਸਣ ਦੀ ਲੋੜ ਨਹੀਂ, ਤੁਸੀਂ ਲਾਉਂਦੇ ਹੀ ਹੋ ਪਤਾ, ਤੁਹਾਨੂੰ ਪਤਾ ਛੱਤ ਕਿੱਥੇ ਹੁੰਦੀ ਹੈ ਕਿੰਨੀ ਕੁ ਹੁੰਦੀ ਹੈ। ਛੱਤ ਤੇ ਹੁਣ ਮੇਰਾ ਮਤਲਬ ਇਹ ਕਈ ਛੱਤ ਹੁੰਦੀ ਹੈ, ਸਿੰਗਲ ਮਕਾਨ ਹੁੰਦਾ, ਕਈ ਟ੍ਰਿਪਲ ਸਟੋਰੀ ਹੁੰਦੀ ਹੈ, ਫਿਰ ਜੇ ਤੁਸੀਂ ਉਸ ਹਿਸਾਬ ਦੇ ਨਾਲ ਹੀ ਦੱਸਣਾ ਪੈਂਦਾ। ਤੁਸੀਂ ਅੰਦਾਜ਼ਾ ਲਾ ਲਓ ਜਿਹੜਾ ਵੀ ਜਿੰਨਾ ਵੀ ਤੁਸੀਂ ਪੈਪ ਲਾਓ। ਅੰਦਾਜ਼ਾ ਕਿੱਦਾਂ ਭਾਜੀ ਲਾ ਲਵਾਂ ਮੈਂ? ਤੁਸੀਂ ਉੱਥੇ ਮੈਂ ਪਲੈਨ 18 ਫੁੱਟ ਅੱਗੋਂ ਹੋਇਆ ਹੋਵੇ, 96 ਫੁੱਟ ਤੇ ਤੁਸੀਂ ਪਾਣੀ ਡਰਮ ਰੱਖਣਾ ਹੋਵੇ ਤੇ ਮੈਂ ਬਾਕੀ ਕੋਲੋਂ ਤਾਂ ਨਹੀਂ ਪਾਉਣਾ ਭਾਜੀ? ਨਹੀਂ ਤੇ ਬਾਕੀ ਨਾ ਰੱਸੀ ਬੰਨ ਦੇਣਾ, ਕੋਈ ਨਾਲੇ ਬੰਨ ਦੇਣਾ ਪੈਪ ਜਿੰਨਾ ਛੋਟਾ ਹੋਵੇ। ਨਾਲੇ ਨੇ ਭਾਜੀ ਪਾਣੀ ਤੇ ਨਹੀਂ ਨਾ ਉੱਤੇ ਲਿਜਾਣਾ ਹੈਗਾ।
ਹਾਂ ਇਹ ਤੇ ਗੱਲ ਤੁਹਾਡੀ ਬਿਲਕੁਲ ਨਾਲੇ ਦੇ ਪਾਣੀ ਤੇ ਨਹੀਂ ਨਾ ਜੇ ਪਾਣੀ ਨਾਲੇ ਦੇ ਲੈ ਜਾਣਾ ਤੇ ਫਿਰ ਭਾਜੀ ਪੈਪ ਰਹਿ ਦਿੰਦੇ ਨਾਲੇ ਮੁਆ ਲੈਂਦੇ ਇੱਥੋਂ ਤੁਸੀਂ ਫਿਰ ਭਾਜੀ ਇਸ ਤਰ੍ਹਾਂ ਕਰੋ ਜੇ ਪੈਪ ਅਸੀਂ ਦੱਸਣਾ ਤੇ ਫਿਰ ਪੰਪ ਵੀ ਅਸੀਂ ਆਪ ਲਾ ਲੈਣੇ ਨਹੀਂ ਨਹੀਂ ਵੀ ਜਿੱਥੇ ਤੁਸੀਂ ਮੇਰਾ ਵੀਰ ਰੱਖਣੀ ਹੈ ਨਾ ਉਹ ਟੈਂਕੀ ਆ ਟੈਂਕੀ ਹੈ ਨਾ ਹਾਂ ਉਹਦੇ ਹਿਸਾਬ ਨਾਲ ਜੀ ਪੈਪ ਤੁਸੀਂ ਦੱਸੋ ਮੈਂ ਕਹਿੰਦਾ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਪ ਲਾਉਂਦੇ ਮੈਨੂੰ ਤਾਂ 26-27 ਸਾਲ ਤੇ 26-27 ਸਾਲਾਂ 'ਚ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਵੀ ਸਾਡੀ ਛੱਤ ਕਿੰਨੀ ਹੈ ਤੇ ਕਿੰਨਾ ਉਹਨੂੰ ਪੈਪ ਲੱਗਿਆ 26-27 ਸਾਲ ਭਾਜੀ ਮੈਂ ਤੁਹਾਡੇ ਕਿਹੜਾ ਅਖਬਾਰ ਸਿੱਟਦਾ ਆ ਜਾਂ ਮੈਂ ਕੋਈ ਸੌਦਾ ਵੇਚਣ ਆਉਂਦਾ ਮੈਨੂੰ ਪਤਾ ਤੁਹਾਡੇ ਘਰ ਦਾ ਜਾਂ ਮੈਂ ਕੋਈ ਤੁਹਾਡੇ ਦਿਲ ਸੋਤੇ ਗਿਆ ਆ ਮੈਨੂੰ ਤਾਂ ਤੁਸੀਂ ਫੋਨ ਕਰ ਰਹੇ ਮੀਆਂ ਤਨਵੀਰ ਦਾ ਹਵਾਲਾ ਦੇਣ ਡਏ ਆ ਤਾਂ ਮੈਂ ਸਮਝ ਗਿਆ ਵੀ ਉਹਨਾਂ ਦੇ ਕੋਈ ਮਿਲਣ ਵਾਲੇ ਹੋਣੇ ਆ ਜੀ ਜੀ ਤੁਸੀਂ ਮੈਨੂੰ ਮਕਾਨ ਦਿਖਾ ਲਓ ਇੱਕ ਵਾਰੀ ਮੈਂ ਜੀ ਮਿੱਠੂ ਉਹਨਾਂ ਦੀ ਦੁਕਾਨ ਤੇ ਕੰਮ ਕਰਨਾ ਉਹੀ ਹੁੰਦਾ ਮੀਆਂ ਮੈਂ ਤੁਹਾਨੂੰ ਦੁਕਾਨ ਤੋਂ ਜਵਾਬ ਨਹੀਂ ਦਵਾ ਰਿਹਾ ਮੈਂ ਤੁਹਾਨੂੰ ਇਹ ਕਹਿਣਾ ਵੀ ਸਾਨੂੰ ਉਹਨਾਂ ਤੁਸੀਂ ਜਾਂ ਤਾਂ ਦਿਖਾ ਦਿਓ ਵੀ ਆਹ ਘਰ ਆ ਅੱਛਾ ਚਲੋ ਠੀਕ ਹੈ ਜੀ ਉਹ ਪੈ ਮੈਂ ਜਗ੍ਹਾ ਨਾਪ ਕੇ ਤੁਹਾਨੂੰ ਦੱਸ ਦਾਂਗਾ ਪੈਪ ਕਿੰਨਾ ਲੱਗਣਾ ਠੀਕ ਹੈ ਨਾ ਤੇ ਮੈਨੂੰ ਇਹ ਦੱਸੋ ਤੁਹਾਡੇ ਕੋਲ ਟਾਈਮ ਕਦੋਂ ਤੁਸੀਂ ਮਤਲਬ ਟਾਈਮ ਅਸੀਂ ਕੱਲ ਵੀ ਬਿਜ਼ੀ ਆ ਕੱਲ ਕਿਉਂ ਬਿਜ਼ੀ ਹੋ ਜੀ ਕੱਲ ਨਾ ਸੁਧਾਰ ਲਾਉਣੇ ਨੇ 2-3 ਪੈਪ ਪੰਪ ਅੱਛਾ ਸੁਧਾਰ ਚ ਹਾਂ ਹਾਂ ਤੇ 2 ਲਾਉਣੇ ਨੇ ਤੇ ਸਤਿਆਣੇ ਰੋਡ ਤੇ ਉਹ ਕਿੱਥੇ ਲਾਉਣੇ ਜੀ ਉਹ ਰਸ਼ੀਦ ਹੈਗਾ ਆ ਚਾਚਾ ਰਸ਼ੀਦ ਅੱਛਾ ਤਾਰ ਰਸ਼ੀਦ ਇਹਦਾ ਮਤਲਬ ਪਰਸੋਂ ਚੌਥ ਤੁਸੀਂ ਵਿਹਲੇ ਹੋਵੋਗੇ ਹਾਂਜੀ ਹਾਂਜੀ ਤੇ ਭਾਜੀ ਤੁਸੀਂ ਅਗਰ ਮਿਹਰਬਾਨੀ ਕਰੋ ਮੈਨੂੰ ਐਮਰਜੈਂਸੀ ਜ਼ਰੂਰਤ ਸੀ ਤੇ ਜਿਹੜਾ ਤੁਸੀਂ 15,000 ਦਾ ਪੰਪ ਕਹਿ ਰਹੇ ਹੋ ਇਹਦਾ ਮੈਂ 20,000 ਤੁਹਾਨੂੰ ਦੇ ਦਿਆਂਗਾ ਠੀਕ ਹੈ ਤੇ ਮਜ਼ਦੂਰੀ ਕਿੰਨੀ ਹੁੰਦੀ ਤੁਹਾਡੀ ਮਜ਼ਦੂਰੀ ਜੀ 6,000 ਰੁਪਏ ਲੈਂਦੇ 3 ਬੰਦੇ ਹੁੰਦੇ ਆ ਜੀ ਹਾਂ ਹਾਂ ਤੇ 1500-1500 ਹੁੰਦੇ ਕਿ 3,000 ਮੈਨੂੰ ਆ ਜਾਂਦਾ ਤੁਸੀਂ ਜੀ 6,000 ਦੀ ਬਜਾਏ ਮੈਂ ਤੁਹਾਨੂੰ ਡਬਲ ਮਜ਼ਦੂਰੀ ਦਿਆਂਗਾ ਠੀਕ ਹੈ ਜਿਹੜੇ ਪੈਪ ਲੱਗਣੇ ਨੇ ਉਹਨਾਂ ਵਿੱਚੋਂ ਵੀ 1,000-2,000 ਰੁਪਇਆ ਮੇਰੇ ਕੋਲੋਂ ਵੱਧ ਲੈ ਲੈਣਾ ਤੇ ਤੁਹਾਡੀ ਮਿਹਰਬਾਨੀ ਮੈਨੂੰ ਹੁਣੇ ਪੰਪ ਲਾ ਦਿਓ ਤਾਂ ਕਿ ਮੈਂ ਨਾ ਮੇਰਾ ਮਸਲਾ ਬਹੁਤ ਸੰਜੀਦਾ ਜਿਹਾ ਹੋਇਆ ਤੇ ਪਾਣੀ ਹੈ ਨਹੀਂ ਸਾਡੇ ਕੋਲ ਤੇ ਮਿਹਰਬਾਨੀ ਹੋ ਜਾਏਗੀ ਤੁਹਾਡੀ ਪਤਾ ਨਹੀਂ ਹੈਗਾ ਉਹਨਾਂ ਨੂੰ ਗੱਲ ਕਰਨੀ ਪੈਣੀ ਆ ਕਿਉਂਕਿ 3 ਪੰਪ ਲਾਉਣੇ ਆ ਸਰਦਾਰ ਬਾਈਪਾਸ ਤੇ ਅੱਛਾ ਤੇ ਪੈਪ ਜਿਹੜਾ ਭਾਜੀ ਕਿਹੜਾ ਤੁਸੀਂ ਪਾਉਂਦੇ ਹੋ ਕਿਹੜੀ ਕੁਆਲਿਟੀ ਦਾ ਹੁੰਦਾ ਪੈਪ ਅੱਛਾ ਹੁੰਦਾ ਭਾਜੀ ਅਸੀਂ ਆਪ ਦੇਖ ਕੇ ਪੈਪ ਲਿਆਈਦਾ ਆ ਪੈਪ ਤੇ ਉਹ ਜਿਹੜਾ ਸੂਈ ਗੈਸ ਵਾਲਾ ਵੱਡਾ ਪੈਪ ਹੁੰਦਾ ਉਹ ਪੈ ਸਕਦਾ ਵਿੱਚ ਨਹੀਂ ਉਹ ਕਿਉਂ ਭਾਜੀ ਤੁਸੀਂ ਗੈਸ ਲੈਣਾ ਜਾਂ ਪਾਣੀ ਲੈਣਾ ਆ ਨਹੀਂ ਪਾਣੀ ਲੈਣਾ ਭਾਜੀ ਮੈਂ ਗੈਸ ਦਾ ਹੋਰ ਪੈਪ ਹੁੰਦਾ ਆ ਤੇ ਪਾਣੀ ਵਾਲਾ ਹਜ਼ੂਰ ਹੋਰ ਹੁੰਦਾ ਅੱਛਾ ਅੱਛਾ ਲੈਦਾ ਹੁੰਦੇ ਨੇ ਹਾਂਜੀ ਹਾਂਜੀ ਮੈਂ ਕਿਹਾ ਉਹ ਵੀ ਐਡਾ ਐਡਾ ਵੱਡਾ ਪੈਪ ਹੁੰਦਾ ਚਲੋ ਉਹ ਪੈ ਜਾਵੇ ਤੇ ਫਿਰ ਪਾਣੀ ਇੱਕ ਵਾਰੀ ਉਹ ਕਿਤੇ ਭਾਜੀ ਸਾਨੂੰ ਕਿੱਥੇ ਐਡਾ ਪੈਪ ਚਾਹੀਦਾ ਹੈ ਅੱਛਾ ਹਾਂਜੀ ਹਾਂਜੀ ਵੀ ਅਸੀਂ ਇਧਰੋਂ ਵੜ ਕੇ ਉਧਰ ਨਿਕਲਣਾ ਹੈ ਐਡਾ ਪੈਪ ਤਾਂ ਸਾਨੂੰ ਚਾਹੀਦਾ ਹੀ ਨਹੀਂ ਹੈ ਅੱਛਾ ਜੀ ਤੇ ਇਹਦਾ ਮਤਲਬ ਉਹ ਕੋਈ ਮਖਸੂਸ ਪੈਪ ਹੁੰਦੇ ਨੇ ਜਿਹੜੇ ਉਹ ਪਾਣੀ ਬੋਰ ਹਾਂਜੀ 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 ਉਹ ਕਿੰਨੇ ਇੰਚ ਦਾ ਹੁੰਦਾ ਕੋਈ ਪਤਾ ਤੁਹਾਨੂੰ ਜੀ ਉਹ ਜੀ ਇੰਚ ਦਾ ਮੇਰਾ ਖਿਆਲ ਕਹਿੰਦਾ ਕੋਈ 1.5 ਇੰਚ ਦਾ ਹੁੰਦਾ 2 ਇੰਚ ਦਾ ਹੁੰਦਾ ਹਾਂ 4 ਇੰਚ 6 ਇੰਚ ਦਾ 4 ਇੰਚ ਦਾ ਠੀਕ ਹੈ ਠੀਕ ਹਾਂਜੀ ਹਾਂਜੀ ਜਿਹਦੇ ਨਾਲ ਪਾਣੀ ਸੌਖਾ ਹੋ ਜਾਵੇ ਠੀਕ ਹੈ ਜੀ ਠੀਕ ਹੈ ਭਾਜੀ ਤੇ ਇਹਦੇ ਕੋਈ ਇਹੋ ਜਿਹੀ ਮਤਲਬ ਉਹ ਜਗ੍ਹਾ ਹੋ ਸਕਦੀ ਕਿ ਪਾਣੀ ਜਿਹੜਾ ਸਾਫ਼ ਹੋਵੇ ਬਿਲਕੁਲ ਪਾਣੀ ਸਾਫ਼ ਹੀ ਹੋਣਾ ਜੀ ਜਦੋਂ ਅਸੀਂ 96-97 ਦੀ ਗਹਿਰਾਈ 'ਚ ਜਾਣਾ ਆ ਜੇ 96-97 ਤੇ ਆਉਂਦਾ ਤਾਂ ਜ਼ਾਹਰ ਅਸੀਂ 100 ਤੋਂ ਵਧਾਂਗੇ ਠੀਕ ਹੈ ਕਿ ਨਹੀਂ ਤਾਂ ਕਿ ਪਾਣੀ ਵੀ ਸਾਫ਼ ਆਵੇ ਤੇ ਪਾਣੀ ਵੀ ਮਿੱਠਾ ਆਵੇ ਤੇ ਅੱਛਾ ਆਵੇ ਬਿਲਕੁਲ ਸਹੀ ਹੈ ਵੇਖੋ 2-4 ਫੁੱਟ ਜ਼ਿਆਦਾ ਪੈਪ ਲੱਗ ਜਾਵੇ ਤੇ ਕੋਈ ਗੱਲ ਨਹੀਂ ਪਾਣੀ ਸਾਫ਼ ਹੋਣਾ ਚਾਹੀਦਾ ਪਾਣੀ ਸਾਫ਼ ਹੋਏਗਾ ਜੀ ਠੀਕ ਹੈ ਜੀ ਠੀਕ ਤੇ ਇਹ ਫਿਰ ਤੁਸੀਂ ਇਸ ਤਰ੍ਹਾਂ ਕਰੋ ਮੈਂ ਤੁਹਾਨੂੰ ਮਜ਼ਦੂਰੀ ਵੀ ਡਬਲ ਦਿਆਂਗਾ ਮਿਹਨਤ ਵੀ ਤੁਹਾਡੀ ਮਤਲਬ ਲੱਗਣੀ ਹੈ ਤੇ ਪੈਪ ਦੇ ਜ਼ਿਆਦਾ 5,000 ਰੁਪਇਆ ਪੰਪ ਦਾ ਵੀ ਤੁਹਾਨੂੰ ਜ਼ਿਆਦਾ ਦਿਆਂਗਾ ਤੇ ਮਿਹਰਬਾਨੀ ਕਰਕੇ ਤੁਸੀਂ ਅੱਜ ਹੀ ਜਿਹੜਾ ਮੁੰਡੇ ਲੈ ਕੇ ਆਜੋ ਤੇ ਮੇਰਾ ਕੰਮ ਕਰ ਦਿਓ ਤੁਹਾਡੀ ਮਿਹਰਬਾਨੀ ਮੈਂ ਵਾਅਦਾ ਨਹੀਂ ਕਰਦਾ ਲੇਕਿਨ ਇਹ ਆ ਕਿ ਵੀ ਮੈਂ ਮੁੰਡੇ ਲੈ ਕੇ ਆਇਆ ਭਾਜੀ ਪੰਪ ਲਾਉਣਾ ਕਿੱਥੇ ਆਪਣੇ ਰੈਸ਼ ਕਿੱਥੇ ਆ ਤੁਸੀਂ ਭਾਜੀ ਦੁਕਾਨ ਤੁਹਾਡੀ ਕਿੱਥੇ ਤੁਸੀਂ ਕਿੱਥੋਂ ਟੁਰਨਾ ਜੀ ਮੈਂ ਦੁਕਾਨ ਮੇਰੀ ਹੈਗੀ ਹੈ ਜੀ ਚਿੱਬਾ ਰੋਡ ਤੇ ਚਿੱਬਾ ਰੋਡ ਤੇ ਵੈਰੀ ਗੁੱਡ ਅੱਲਾ ਤੁਹਾਡਾ ਭਲਾ ਕਰੇ ਸਮਾਨ ਤੁਸੀਂ ਕਾਹਤੇ ਲੱਦੋਗੇ ਰੇੜੀ ਤੇ ਹੈ ਜਾਂ ਆਪਣੀ ਗੱਡੀ ਹੈ ਚਿੰਚੀ ਉਹ ਅਸੀਂ ਰੇੜੀ ਤੇ ਕਹਿ ਦਿਆਂਗੇ ਉੱਥੇ ਸਮਾਨ ਲੈ ਕੇ ਬੰਦਾ ਪਾਉਂਦਾ ਤੁਸੀਂ ਚਿੱਬਾ ਚੋਂ ਜੀ ਜਦੋਂ ਨਿਕਲਣਾ ਨਾ ਇੱਧਰ ਸ਼ਾਦਮਾਨ ਸਿਨੇਮਾ ਹੁੰਦਾ ਸੀ ਜਿੱਥੇ ਪਹਿਲੇ ਹਾਂਜੀ ਹਾਂਜੀ ਉੱਥੋਂ ਟਰਨ ਕਰੋਗੇ ਸਿੱਧਾ ਅੱਗੇ ਤਾਰਕਾਬਾਦ ਦਾ ਫਾਟਕ ਆਉਂਦਾ ਉਹ ਫਾਟਕ ਕ੍ਰਾਸ ਕਰਕੇ ਨਾ ਤੁਸੀਂ ਆ ਜਾਣਾ ਹੈ ਅਬਦੁੱਲਾਪੁਰ ਵਾਲੀ ਸਾਈਡ ਤੇ ਅਨਾਸ ਸਿਨੇਮਾ ਰਿਊ ਸਿਨੇਮਾ ਜਿੱਥੇ ਹੁੰਦੇ ਸੀ ਇਹਨਾਂ ਤੋਂ ਅੱਗੇ ਲੰਘ ਕੇ ਠੀਕ ਹੈ ਅਬਦੁੱਲਾਪੁਰ ਜਦੋਂ ਆਓਗੇ ਨਾ ਤੁਸੀਂ ਗੱਟ ਵਾਲੀ ਨਹਿਰ 'ਚ ਚੜੋਗੇ ਨਾ ਜਨਾਬ ਜੀ ਜੀ ਤੇ ਉੱਥੇ ਅੰਡਰਪਾਸ ਨਹੀਂ ਜਿਹੜਾ ਬਣਿਆ ਨੁਸਰਤ ਫਤਿਹ ਅਲੀ ਖਾਨ ਅੰਡਰਪਾਸ ਹਾਂਜੀ 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 ਉਹਦੇ ਵਿੱਚ ਤੁਸੀਂ ਲਾਲ ਪੰਪ ਲਾਉਣਾ ਜੀ ਅੰਡਰਪਾਸ ਦੇ ਵਿੱਚ ਲਾਉਣਾ ਭਾਜੀ ਹਾਂਜੀ ਭਾਜੀ ਉੱਥੇ ਭਾਜੀ ਕਿੱਥੇ ਜ਼ਰੂਰਤ ਪੈ ਗਈ ਤੁਹਾਨੂੰ ਉਹ ਭਾਜੀ ਵੇਖੋ ਗੱਡੀਆਂ ਆਉਂਦੀਆਂ ਜਾਂਦੀਆਂ ਉਹਦੇ ਟਾਇਰ ਹੋਏ ਹੁੰਦੇ ਨੇ ਖਰਾਬ ਮੈਂ ਚਾਹੁੰਦਾ ਜਿਹੜੀ ਗੱਡੀ ਉੱਥੋਂ ਲੰਘੇ ਪੈਰ ਧੋ ਕੇ ਟਾਇਰ ਧੋ ਕੇ ਉੱਥੋਂ ਲੰਘੇ ਤੇ ਸ਼ਹਿਰ ਵਿੱਚ ਗੰਦ ਵੀ ਨਹੀਂ ਪਏਗਾ ਤੇ ਇਹਦੇ ਵਿੱਚ ਨਾਲ ਸਵਾਬ ਵੀ ਹੋਏਗਾ ਸਾਨੂੰ ਸਭ ਨੂੰ ਅੱਛਾ ਉਹ ਟਾਇਰ ਜਿਹੜੇ ਆ ਤੁਸੀਂ ਉਹ ਉੱਥੋਂ ਪੰਪ ਤੋਂ ਧੋਣੇ ਹਾਂਜੀ ਹਾਂਜੀ ਤੇ ਤੁਹਾਨੂੰ ਭਾਜੀ ਐਡੀ ਕਿਹੜੀ ਜ਼ਰੂਰਤ ਆ ਉਹ ਗੱਡੀ ਆਪ ਹੀ ਉਹ ਸਰਵਿਸ ਸਟੇਸ਼ਨ ਤੇ ਲਿਜਾ ਨਹੀਂ 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 ਭਾਜੀ ਇਹ ਦੇਖੋ ਹਰ ਬੰਦੇ ਨੂੰ ਆਪਣਾ ਫਰਜ਼ ਨੂੰ ਫਰਜ਼ ਸਮਝਣਾ ਚਾਹੀਦਾ ਸਾਡਾ ਫਰਜ਼ ਹੈ ਸ਼ਹਿਰ ਦੀ ਸਫਾਈ ਰੱਖੀਏ ਤੇ ਇਸ ਮੁਹਿੰਮ ਨੂੰ ਲੈ ਕੇ ਮੈਂ ਅੱਗੇ ਟੁਰਿਆ ਤੇ ਇਹ ਪੰਪ ਤੁਸੀਂ ਉੱਥੇ ਜ਼ਰੂਰ ਲਾਉਣਾ ਪੰਪ ਉੱਥੇ ਕਿੱਥੇ ਕਰਕੇ ਲਾਉਣਾ ਜੀ ਅੰਡਰਪਾਸ
ਭਾਜੀ ਤੁਹਾਡਾ ਦਿਮਾਗ ਸਹੀ ਆ ਕੀ ਹੋਇਆ ਵੀ ਉੱਥੇ ਅੰਡਰ ਪਾਸ ਦੇ ਸੈਂਟਰ ਦੇ ਵਿੱਚ ਪੰਪ ਕਿੱਦਾਂ ਲੱਗੇਗਾ ਉੱਥੇ ਤੇ ਗੱਡੀਆਂ ਆਉਂਦੀਆਂ ਜਾਂਦੀਆਂ ਆ ਤੇ ਗੱਡੀਆਂ ਪੰਪ ਬਚਾ ਬਚਾ ਕੇ ਜਾਏਗੀ ਹਰ ਗੱਡੀ ਗੱਡੀਆਂ ਆਉਣ ਜਾਣ ਦਿਓ ਤੁਸੀਂ ਪੰਪ ਲਾਓ ਉੱਥੇ ਨਹੀਂ ਅਸੀਂ ਕਿੱਦਾਂ ਭਾਜੀ ਅਸੀਂ ਦਹਰਾ ਸਾਨੂੰ ਗਹਿਰਾਈ ਚਾਹੀਦੀ ਆ ਅਸੀਂ ਉੱਥੇ बंदा मरदा नहीं लत तेज आज मैं वेखिया ना खलो के मैं वेखिया बकायदा दिमाग सही है भाजी उत्थे कहिंदे न्याणे खेडदे आ वी एहतियात करनी आ भाजी पता की उत्थे लत बाहीं टुटदी हुंदी कोई बंदा मरदा नहीं छेती उत्थे गड्डियां वज भी जाण ना कोई एडा वड्डा जख्म नहीं हुंदा मैं वेखिया उत्थे चेक कीता हां जी मैं वेले साडे नाल उत्थे रहना आ ਅਸੀਂ ਪੰਪ ਲਾਈ ਤੁਸੀਂ ਗੱਡੀਆਂ ਰੋਕੀ ਜਾਣੀਆਂ ਉਧਰੋਂ ਨਹੀਂ ਜੀ ਗੱਡੀਆਂ ਵੀ ਤੁਸੀਂ ਆਪ ਰੋਕੜੀਆਂ ਨੇ ਭਾਜੀ ਗੱਡੀਆਂ ਅਸੀਂ ਕਿ ਰੋਕਣੀਆਂ ਅਸੀਂ ਕੀ ਗੱਲ ਆ ਗੱਡੀਆਂ ਰੋਕਣੀਆਂ ਨਹੀਂ ਤੁਸੀਂ ਪੰਪ ਲਾਈ ਜੋ ਗੱਡੀਆਂ ਲੰਘੀ ਜਾਣ ਉਹ ਭਾਈ ਗੱਲ ਕਰਨ ਵਾਲੀ ਘਰ ਵੀ ਮੈਂ ਗੱਡੀਆਂ ਕਿੱਦਾਂ ਰੋਕਾਂ ਉੱਥੇ ਭਾਜੀ ਵੀ ਉੱਥੇ ਤਾਂ 5 ਮਿੰਟ ਗੱਡੀ ਰੋਕੀਏ ਤੇ 150 ਗੱਡੀ ਹੋ ਜਾਣੀ ਆ ਅਤੇ ਹੋਣ ਦਿਓ ਤੁਸੀਂ ਪੰਪ ਲਾਈ ਜੋ ਮੇਰੀ ਗੱਲ ਨਹੀਂ ਸਮਝ ਚ ਤੁਹਾਡੇ ਆ ਰਹੀ ਹੈ ਕਿ ਵੀ ਤੁਸੀਂ ਕੀ ਯਾਰ ਜਿਹੜੀ ਗੱਲ ਮੈਂ ਤੁਹਾਨੂੰ ਸਮਝਾ ਰਿਹਾ ਤੁਹਾਨੂੰ ਨਹੀਂ ਸਮਝ ਆ ਰਹੀ ਉਹ ਗੱਡੀ ਮੈਂ ਕਹਿ ਰਿਹਾ ਵੀ ਵਿੱਚ ਗੱਡੀਆਂ ਰੁਕਣਗੀਆਂ ਤਾਂ ਫੇਰ ਹੀ ਆ ਵੀ ਗੱਡੀ ਨਾਲ ਰੁਕੇ ਸਮਾਰ ਰੱਖਣਾ ਆ ਤੇ ਗੱਡੀ ਦੇ ਪਿੱਛੋਂ ਆ ਜਾਣੀ ਉਸੇ ਟਾਈਮ ਹੀ ਤੇ ਹੌਣ ਦਿਓ ਗੱਡੀ ਤੁਸੀਂ ਆਪਣਾ ਪੰਪ ਲਾਓ ਤੁਹਾਨੂੰ ਮੈਂ ਕਿੱਦਾਂ ਲਾਵਾਂ ਪੰਪ ਯਾਰ ਜਿਵੇਂ ਪੰਪ ਲਾਉਂਦਾ ਹਾਂ ਪਿੱਛੋਂ ਗੱਡੀ ਮੈਂ ਤੇ ਚੜ ਜਾ ਨਾ ਮੈਂ ਤੇ ਕੋ ਪੰਪ ਦੇ ਪੈਸੇ ਲੈਣ ਜੋਗਾ ਨਾ ਤੇ ਕੋ ਮੈਂ ਮਜ਼ਦੂਰੀ ਲੈਣ ਜੋਗਾ ਆ ਪਾਜੀ ਪਾ ਅਗਰ ਕੋਈ ਗੱਲ ਹੁੰਦੀ ਨਾ ਤਾਂ ਪੈਸੇ ਮੈਂ ਤੁਹਾਡੇ ਬੱਚਿਆਂ ਨੂੰ ਪਹੁੰਚਾ ਦੇਵਾਂਗਾ ਤੁਸੀਂ ਪੈਸੇ ਲਾਉਣਾ ਘਬਰਾਓ ਮੈਂ ਮਰ ਜਾ ਤੁਸੀਂ ਪੰਪ ਲਾਓ ਮੈਂ ਮਰ ਜਾ ਤੇ 6000 ਤੂੰ ਮੇਰੇ ਬੱਚਿਆਂ ਨੂੰ ਪਹੁੰਚਾ ਦੇਵੇਂ 6000 ਨਹੀਂ 20000 ਪਾਜੀ 12000 28 ਸਾਲ ਰੁੱਤੀ 30 ਸਾਲ ਲੱਗ ਜਾਣੇ ਤੇਰੇ ਇੰਨੇ ਪੈਸੇ ਨਾ ਆ ਤੇ ਤੁਸੀਂ ਲਾਓ ਮੇਰਾ ਵੀਰ ਗੱਲ ਹੋਰ ਕਰ ਰਿਹਾ ਆ ਲੱਗਣ ਦੇ ਸਮੇਂ ਲੱਗੀ ਕਿ ਨਹੀਂ ਇਹ ਜਾ ਕਿਸੇ ਪੰਪ ਕਿਸੇ ਹੋਰ ਕੋਲ ਆ ਜਾ ਕੇ ਕਿਉਂ ਤੁਸੀਂ ਲਾਉਂਦੇ ਹੋ ਤੇ ਇੱਥੇ ਪੰਪ ਲਾਉਂਦੇ ਹੋ ਤੁਹਾਨੂੰ ਕੀ ਅਸੀਂ ਇਦਾਂ ਲਾਉਂਦੇ ਐਡਾ ਰਿਸਕੀ ਪੰਪ ਲਾਣਤ ਐਸੇ ਪੰਪ ਦੇ ਵਈ ਮੈਂ ਪੰਪ ਲਾਵਾ ਤੇ ਹਜੇ ਮੈਂ ਰੱਖ ਸਮਾਨ ਹੀ ਰੱਖਾਂ ਮੇ ਤੋਂ ਬਸ ਚੜ ਜਾਵੇ ਬੱਲੇ 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 ਕੋਈ ਨਹੀਂ ਤੇਰੇ ਪੰਪ ਲਵਾਉਣ ਤੇ ਬਸ ਚੜ ਜਾਏਗੀ ਪਾਜੀ ਅਖੀਰ ਚ ਤੋ ਬਸ ਚੜ ਕੇ ਲੈ ਜਾਵੇ ਉਦੋਂ ਤੁਸੀਂ ਪੰਪ ਲਾਉਣ ਲੱਗ ਪਾਓ ਓਏ ਓਏ ਜਾਨੀ ਮੇਰੇ ਉੱਤੋਂ ਟਾਇਰ ਲੰਘ ਜਾਵੇ ਤੇ ਮੈਂ ਫੇਰ ਉੱਠ ਕੇ ਤੇ ਪਾਜੀ ਮੈਂ ਇਨਸਾਨ ਆ ਕੱਚੂ ਗੁੰਮਾ ਨਹੀਂ ਹੈਗਾ नहर लंघदी पंप लाओ तुहानू की नहर होवे कोल नहर चलदी आ भाजी ਉੱਥੇ ਬੰਦੇ ਖਲਾਰੋ ਤੇ ਪੀਪੇ ਭਰ ਭਰ ਕੇ ਤੇ ਟਾਇਰਾਂ ਤੇ ਸਿੱਟੀ ਜਾਣੋ ਬਹੁਤ ਅੱਛੇ ਬੰਦੇ ਨੂੰ ਮੈਂ ਰੋਜ਼ ਦੀ ਦਿਹਾੜੀ ਦਵਾਂ ਗੱਡੀਆਂ ਨੂੰ ਬੜਾ ਰੋਜ਼ਾ ਲੱਗਦਾ ਆ ਵੀ ਉਹਨਾਂ ਦੇ ਪੈਰ ਧਵਾਉਣੇ ਆ ਠੰਡੇ ਕਰਨੇ ਆ ਬੇਹੋਸ਼ ਹੋ ਜਿਹੜੀਆਂ ਗੱਡੀਆਂ ਏਸੀ ਚੱਲਣ ਦੇ ਨਾ ਉੱਥੇ ਕੋਈ ਜ਼ਰੂਰਤ ਆ ਪਾਣੀ ਦੀ ਤੇ ਕਿਹੜੀ ਜ਼ਰੂਰਤ ਪਈ ਮੈਂ ਟਾਇਰ ਧਵਾਉਣ ਵਾਲੀ ਗੱਡੀ ਦੇ ਨਹੀਂ ਤੁਸੀਂ ਨਹੀਂ ਧੋਣੇ ਤੁਸੀਂ ਸਿਰਫ ਲਾਲ ਪੰਪ ਲਾਉਣਾ ਤੇ ਟਾਇਰ ਆਪ ਹੀ ਧੁੱਲਦੇ ਰਹਿਣਗੇ ਅਸੀਂ ਆਟੋਮੈਟਿਕ ਸਿਸਟਮ ਉਹਦਾ ਕਰ ਦਾਂ ਮੇਰੀ ਗੱਲ ਸੁਣ ਹਾਂ ਆ ਜਿਹੜਾ ਪੰਪ ਆ ਨਾ ਹਾਂਜੀ ਇਹ ਕਿਸੇ ਹੋਰ ਕੋਲ ਆ ਕਿਉਂ मजदूरी भी तुहानू वध दे रहा नाल मजदूरी मैं लैणी ही नहीं क्यों नहीं लैणी तुहानू मैं दे रहा गल भी पंप आखरी पंप एडा असीं शहीद दा रुतबा मिलना तेरा पंप ला के सानू ਭਾਜੀ ਤੁਸੀਂ ਪੰਪ ਲਾਓ ਗੱਡੀਆਂ ਆਉਂਦੀਆਂ ਹੁਣ ਜਾਂ ਜੇ ਕੋ ਤੁਹਾਨੂੰ ਪੁੱਛੇ ਉਹ ਜਾ ਮੇਰਾ ਵੀਰ ਕੰਮ ਕਰ ਜਾ ਕੇ ਤੁਹਾਨੂੰ ਹੋਰ ਕੋ ਪੰਪ ਲਵਾ ਤੁਹਾਨੂੰ ਇਹੀ ਡਰ ਨੇ ਪੁਲਿਸ ਵਾਲੇ ਤੁਹਾਨੂੰ ਪੁੱਛੇ ਸਾਰਾ ਹੀ ਡਰ ਆ ਨਹੀਂ ਕੋ ਪੰਪ ਲਾ ਦੇ ਗਵਰਨਮੈਂਟ ਨੂੰ ਪੁੱਛ ਲਿਓ ਗਵਰਨਮੈਂਟ ਦਾ ਨਾਂ ਲੈ ਦੇ ਮੈਨੂੰ ਗਵਰਨਮੈਂਟ ਦਾ ਨਾਂ ਦਾ ਰਿਆਜ਼ ਆ ਫਿਆਜ਼ ਆ ਲਿਆਸ ਆ ਕੋ ਨਾਂ ਦਾ ਦੱਸ ਵੀ ਇਹਦਾ ਮੈਂ ਨਾਂ ਲਵਾਂ ਉੱਤੇ ਸਰ ਤੁਹਾਨੂੰ ਕੋਈ ਵੀ ਪੁੱਛੇ ਨਾ ਤੁਸੀਂ ਪੰਪ ਕਿਉਂ ਤੁਸੀਂ ਕਹਿਣਾ ਜੀ ਗਵਰਨਮੈਂਟ ਦੇ ਕਹਿਣ ਤੇ ਲਾ ਰਹੇ ਬੱਲੇ 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 ਗਵਰਨਮੈਂਟ ਦਾ ਹੀ ਕਮਾ ਆਹੋ ਭਾਈ ਤੇਰੀ ਮਿਹਰਬਾਨੀ ਆ ਤੂੰ ਨਾ ਫੋਨ ਬੰਦ ਕਰ ਅੱਛਾ ਪਹਿਲਾਂ ਮੈਨੂੰ ਇਹ ਦੱਸ ਵੀ ਇਹ ਕਿਸ ਬੰਦੇ ਨੇ ਤੈਨੂੰ ਮੇਰਾ ਨੰਬਰ ਦਿੱਤਾ ਆ ਨੰਬਰ ਤੇ ਤੁਹਾਡਾ ਮੀਆਂ ਤਨਵੀਰ ਸਾਹਿਬ ਨੇ ਮੈਨੂੰ ਮੀਆਂ ਤਨਵੀਰ ਸਾਹਿਬ ਨਾਲ ਮੈਂ ਗੱਲ ਕਰਾਂਗਾ ਵੀ ਆ ਜਿਹੜਾ ਪੰਪ ਤੂੰ ਲਵਾਇਆ ਆ ਇਹ ਅੰਡਰਪਾਸ 'ਚ ਲਵਾਇਆ ਆ
ਅਸੀਂ ਅੰਡਰਪਾਸ 'ਚ ਪੰਪ ਲਾਉਂਦੇ ਆ। ਯਾਰ ਤੁਸੀਂ ਲਾਓ ਭਾਜੀ, ਕੋਈ ਪੁੱਛੇ ਤੁਸੀਂ ਕਹਿਣਾ ਗਵਰਨਮੈਂਟ। ਬੜੀ ਗੱਲ ਆ ਵੀ ਤੇਰਾ ਮੈਂ 20,000 ਰੁਪਏ ਦੇ ਵਿੱਚ ਚਲਦੀ ਸੜਕ ਦੇ ਵਿੱਚ ਮੈਂ ਪੰਪ ਲਾਵਾਂ, ਪਿੱਛੋਂ ਮੇਤੋਂ ਹੀਨੋ ਚੜ ਜਾਵੇ, ਨਾ ਮੈਂ ਪੈਸੇ ਲੈਣ ਜੋਗਾ ਨਾ ਮੈਂ ਮਜ਼ਦੂਰੀ ਲੈਣ ਜੋਗਾ। ਉਹ ਹੀਨੋ ਤੇ ਭਾਜੀ ਅੰਡਰਪਾਸ 'ਚੋਂ ਲੰਘਦੀ ਨਹੀਂ, ਉਹ ਤੇ ਉੱਤੋਂ ਲੰਘਦੀ ਥੱਲਿਓਂ ਲੰਘਦੀ ਇਹਨੇ ਛੋਟੀਆਂ ਗੱਡੀਆਂ। ਬੰਦ ਕਰ ਯਾਰ ਫੋਨ, ਉਹ ਅਗਰ ਵੱਜ ਵੀ ਜਾਵੇ ਤੇ ਹੱਡੀ ਪਸਲੀ ਟੁੱਟਦੀ, ਹੋਰ ਕੁਝ ਵੀ ਨਹੀਂ ਹੁੰਦਾ ਉਹਦੇ ਨਾਲ। ਬੰਦ ਕਰ, ਮੈਂ ਨਹੀਂ ਕਰਦਾ ਕਿਸੇ ਹੋਰ ਕੋ ਕਰਵਾ ਜਾ ਕੇ। ਭਾਜੀ ਵੇਖੋ ਗਵਰਨਮੈਂਟ ਦਾ ਕੰਮ ਹੈ, ਤੁਸੀਂ ਇਹਨੂੰ ਕਰੋ। ਮੈਂ ਤੈਨੂੰ ਕਹਿਣ ਡਿਆ ਫੋਨ ਬੰਦ ਕਰ ਦੇ, ਇਸ ਤੋਂ ਪਹਿਲਾਂ ਮੇਰਾ ਦਿਮਾਗ ਖਰਾਬ ਹੋ ਜਾਣਾ, ਫੋਨ ਬੰਦ ਕਰ ਦੇ। ਕਿਉਂ ਬੰਦ ਕਰਾਂ ਭਾਜੀ, ਮੈਂ ਤੁਹਾਨੂੰ ਪੈਸੇ ਦਿੱਤੇ ਨੇ। ਪੈਸੇ ਤਾਂ ਦਿੱਤੇ ਹੀ ਨਹੀਂ ਤੂੰ। ਆ 20,000 ਰੁਪਏ ਤੁਹਾਨੂੰ ਮੈਂ ਕਿਹਾ ਪੰਪ ਦਾ ਤੁਸੀਂ ਲੈ ਲਓ। ਫੋਨ ਤੇ ਗੱਲ ਹੋਣ ਡਈ ਆ, 20,000 ਤਾਂ ਤੂੰ ਮੈਨੂੰ ਦਿੱਤਾ ਹੀ ਨਹੀਂ। ਅਤੇ ਉਹ ਜਿਹੜੇ ਪੈਪਾਂ ਦੇ ਪੈਸੇ ਤੁਹਾਨੂੰ ਦਿੱਤੇ, ਉਹ ਵੀ ਪੈਪਾਂ ਦੇ ਵੀ ਨਹੀਂ ਪੈਸੇ ਦਿੱਤੇ। ਉਹ ਜੇ ਟੈਂਕੀ ਉੱਤੇ ਰੱਖਣੀ, ਉਹਦੇ ਪੈਪ ਤੁਸੀਂ ਦੱਸਿਆ ਵੀ ਇੰਨੇ ਦਾ ਲੱਗਣਾ, ਮੈਂ ਉਹ ਵੀ ਤੁਹਾਨੂੰ ਕਿਹਾ। ਬੰਦ ਕਰ ਭਾਈ, ਤੇਰੀ ਮਿਹਰਬਾਨੀ ਆ। ਕਿਉਂ ਬੰਦ ਕਰ, ਕਿਉਂ ਬੰਦ ਕਰਾ ਤੁਸੀਂ? ਬੰਦ ਕਰ ਫੋਨ। ਆ ਪੰਪ ਉੱਥੇ ਲਾ ਕੇ ਜਾਓ, ਮੈਂ ਤੁਹਾਨੂੰ ਦੱਸਾਂ। ਲੈ ਪੰਪ, ਮੈਂ ਉੱਥੇ ਜਾ ਕੇ ਟੇਪ ਨਾਲ ਆਇਆ ਮੈਂ ਤੇਰਾ ਪੰਪ। ਪੰਪ ਤੁਹਾਨੂੰ ਲਾਉਣਾ ਪੈਣਾ ਇੱਥੇ, ਕੋਈ ਐਵੇਂ ਨਾ ਤੁਸੀਂ ਸਮਝਣਾ ਇਸ ਗੱਲ ਨੂੰ। ਕਾਕਾ ਬੰਦ ਕਰ, ਕਿਸੇ ਹੋਰ ਕੋ ਪੰਪ ਲਵਾ ਜਾ ਕੇ। ਤੁਸੀਂ ਇਸ ਤਰ੍ਹਾਂ ਕਰੋ, ਤੁਹਾਨੂੰ ਅੰਡਰਪਾਸ 'ਚੋਂ ਡਰ ਲੱਗਦਾ ਨਾ, ਵੀ ਸੈਂਟਰ 'ਚ ਨਹੀਂ ਲਾਉਣਾ, ਥੋੜ੍ਹਾ ਜਿਹਾ ਫੁੱਟ ਕੁ ਸਾਈਡ 'ਤੇ ਕਰ। ਬੜੀ ਰਿਆਇਤ ਕੀਤੀ ਹੈ ਵੀ, ਇੱਕ ਫੁੱਟ ਸਾਈਡ 'ਤੇ ਕਰ ਲਓ ਟਾਇਰ, ਇੱਧਰੋਂ ਗੱਡੀਆਂ ਲੰਘੀ ਜਾਣ, ਤੁਸੀਂ ਇੱਧਰ ਆਪਣਾ ਪੰਪ ਲਈ ਜਾਓ। ਭਾਜੀ ਅਸੀਂ ਪੰਪ ਉੱਥੇ ਲਾਉਣਾ ਹੀ ਨਹੀਂ। ਕਿਉਂ ਵਜ੍ਹਾ? ਤੈਨੂੰ ਪਾਣੀ ਚਾਹੀਦਾ ਨਾ, ਉੱਥੋਂ ਕਈਆਂ ਲਿਆ ਕੇ ਤੇ ਜਿਹੜਾ ਨਹਿਰ ਤੋੜ ਕੇ ਨਾ ਤੇ ਅੰਡਰਪਾਸ ਦੇ ਵਿੱਚ ਤੂੰ ਪਾ ਦੇ, ਜਿਹੜੀ ਗੱਡੀ ਲੰਘੇਗੀ ਉਹ ਆਪ ਹੀ ਉਹਦੇ ਟਾਇਰ ਤੋਂ ਵੀ ਜਾਣਗੇ। ਭਾਜੀ ਗੱਲ ਸੁਣੋ, ਤੁਸੀਂ ਤਾਂ ਐਵੇਂ ਹੁਣ ਜਜ਼ਬਾਤੀ ਜਿਹੇ ਹੋ ਰਹੇ ਹੋ। ਹੁਣ ਇਹ ਐਡੇ ਟਾਇਰ ਤੈਨੂੰ ਕੜੇ ਆ, ਮੀਆਂ ਗੱਡੀਆਂ ਕਿਸੇ ਦੀਆਂ ਟਾਇਰ ਤੂੰ ਧੋਣੇ ਆ। ਮੀਆਂ ਤਨਵੀਰ ਸਾਹਿਬ ਨੇ ਮੈਨੂੰ ਕਿਹਾ ਸੀ ਬੰਦਾ ਬਹੁਤ ਕਾਰੀਗਰ। ਮੈਂ ਕਰ ਲੈਂਦਾ ਮੀਆਂ ਤਨਵੀਰ ਨਾਲ ਗੱਲ, ਉਹ ਇਦਾਂ ਦੇ ਪੰਪ ਲਵਾਉਂਦਾ ਸਾਡੇ ਕੋਲੋਂ। ਅੱਛਾ ਜੀ ਭਾਜੀ, ਤੁਹਾਨੂੰ ਪਤਾ ਔਰ ਅੰਡਰਪਾਸ ਮੈਂ ਪੰਪ ਲਾਵਾਂ, ਮੇਰੇ ਤੋਂ ਗੱਡੀ ਲੰਘ ਜੇ, ਗੱਡੀ ਨਾ ਲੰਘੇ ਤੇ ਮੈਂ ਸਾਰੀ ਜ਼ਿੰਦਗੀ ਅੰਦਰ ਹੋ ਜਾਵਾਂ, ਮੈਨੂੰ ਤਾਂ ਇਮਰਾਨ ਖਾਨ ਜੀਣ ਨਹੀਂ ਦੇਣਾ। ਉਹ ਤੁਸੀਂ ਭਾਜੀ ਕਹਿ ਦੇਣਾ ਗਵਰਨਮੈਂਟ ਦਾ ਲੋਨ ਲਵਾ ਰਹੇ ਆ। ਗਵਰਨਮੈਂਟ, ਗਵਰਨਮੈਂਟ ਕਿਹਦਾ ਨਾਂ ਲਵਾਂ? ਇਮਰਾਨ ਖਾਨ ਦਾ ਲਵਾਂ? ਆ ਮੌਜੂਦਾ ਗਵਰਨਮੈਂਟ ਦਾ ਇਮਰਾਨ ਖਾਨ ਦਾ ਨਾਂ ਲੈ ਲੈਣਾ। ਬੜੀ ਗੱਲ ਆ, ਉਹ ਉਦਾਂ ਨਹੀਂ ਮਿਲਦਾ ਹੈਗਾ ਤੇ ਉਹਨੇ ਤੈਨੂੰ ਇਸ ਗੱਲ ਤੇ ਮਿਲ ਪੈਣਾ ਉਹਨੇ। ਨਹੀਂ ਨਹੀਂ ਨਹੀਂ, ਉਹ ਪੰਪ ਤੇ ਪੈਸੇ ਵੀ ਉਹਨਾਂ ਨੇ ਦੇਣੇ ਨੇ। ਲੈ ਭਾਜੀ, ਉਹਨਾਂ ਨੇ ਕਿੱਥੋਂ ਦੇਣੇ ਆ? ਉਹ ਤਾਂ ਆਪ ਇਸ਼ਾਰੇ ਤੇ ਖਲੋਣ ਨੂੰ ਫਿਰਦਾ ਹੈ, ਮੁਲਕ ਦੀ ਖਾਤਰ ਉਹਨੇ ਦੇਣੇ ਆ। 12,000 ਦੇਣਾ, ਹਜੇ ਤੱਕ ਅਸੀਂ 12,000 ਦਾ ਰਸਤਾ ਹੀ ਡੀਕਣਾ ਵੀ ਕਿਹੜੇ ਚੌਂਕ 'ਚੋਂ ਗੱਡੀ ਆਉਣੀ ਉਹ। ਆ ਨਹੀਂ ਭਾਜੀ, ਐ ਨਾ ਤੁਸੀਂ ਕਰੋ, ਗਵਰਨਮੈਂਟ ਦਾ ਕੰਮ ਹੈ, ਇਹਨੂੰ ਕਰੋ ਕਰੋ ਲਾਓ ਪੰਪ। ਤੁਸੀਂ ਗਵਰਨਮੈਂਟ ਵਾਲਾ ਨਾ ਸਾਨੂੰ ਲਿਜਾਓ, ਇਹ ਪੰਪ ਜਿਹੜਾ ਨਾ ਕਿਸੇ ਹੋਰ ਕੋਲ ਲਵਾਓ। ਨਹੀਂ ਤੁਹਾਡੇ ਕੋਲੋਂ ਲਵਾਉਣਾ ਭਾਜੀ, ਮੈਂ 20,000 ਰੁਪਏ ਲਵਾਉਣਾ, ਮੈਂ ਲਾਉਣਾ ਹੀ ਨਹੀਂ ਪੰਪ। 20,000 ਕਹਿੰਦਾ ਮੈਂ ਪੰਪ ਲਾਉਣਾ। 20,000 ਰੁਪਏ ਤੁਹਾਨੂੰ ਮੈਂ ਦਿੱਤਾ? ਉਹ ਭਾਈ ਮੈਂ ਲੰਡੇ ਦਾ ਕੰਮ ਕਰਦਾ ਆ, ਠੀਕ ਹੈ ਕਿ ਨਹੀਂ? ਮੈਂ ਪੰਪ ਪੰਪ ਛੱਡ ਦਿੱਤੇ ਆ। ਅੱਛਾ, ਤੇਰੀ ਮਿਹਰਬਾਨੀ ਆ, ਕਿਸੇ ਹੋਰ ਨੂੰ ਜਾ ਕੇ ਆਰਡਰ ਦੇ। ਅੱਛਾ ਤੁਸੀਂ ਗੱਲ ਸੁਣੋ ਮੇਰੀ, ਤੁਹਾਨੂੰ ਇਹ ਡਰ ਹੈ ਕਿ ਗੱਡੀਆਂ ਬੱਸਾਂ ਆਉਂਦੀਆਂ ਨੇ, ਠੀਕ ਹੈ, ਤੇ ਉਹ ਤੇ ਤੁਸੀਂ ਨਹੀਂ ਲਾ, ਅਗਰ ਗੱਡੀਆਂ ਬੱਸਾਂ ਰੋਕ ਦਿੱਤੀਆਂ ਜਾਣ ਫਿਰ ਪੰਪ ਲਾ ਦਿਓ? ਮੈਂ ਫੇਰ ਨਹੀਂ ਲਾਉਣਾ ਭਾਜੀ। ਕਿਉਂ? ਮੈਂ ਉੱਥੇ ਕੀ ਦੱਸਾਂ ਵੀ ਕਿਹਨੇ ਲਵਾਇਆ? ਮੈਂ ਤੁਹਾਨੂੰ ਕਿਹਾ ਗਵਰਨਮੈਂਟ ਦਾ, ਤੁਸੀਂ ਕਹਿੰਦੇ ਗਵਰਨਮੈਂਟ ਤਾਂ ਭਾਜੀ, ਗਵਰਨਮੈਂਟ ਦਾ ਸਾਰੀ ਪਾਕਿਸਤਾਨ ਦੇ ਵਿੱਚ ਨਾਂ ਵੀ ਤਾਂ ਦੱਸ ਵੀ DCO ਲਵਾਉਣ ਡਿਆ ਆ, IG ਪੰਜਾਬ ਲਵਾਉਣ ਡਿਆ ਆ, MLA ਲਵਾਉਣ ਡਿਆ ਆ, ਹੁਣ ਕਿ ਮੌਜੂਦਾ ਹਕੂਮਤ ਵੱਲੋਂ ਮੈਂ ਪੰਪ ਲਾ ਰਿਹਾ। ਮੌਜੂਦਾ ਹਕੂਮਤ ਦੇ ਵਿੱਚ ਤਾਂ ਸਾਰੇ ਹੀ ਆ ਜਾਂਦੇ ਆ। ਸਾਰਿਆਂ ਦਾ ਨਾਂ ਲੈ ਲਓ ਤੁਸੀਂ, ਜਿੰਨੇ ਯਾਦ ਨੇ ਤੁਹਾਨੂੰ। ਬੱਲੇ 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 ਭਾਜੀ, ਹਾਂਜੀ, ਬੰਦ ਕਰ ਦੇ ਵਿੱਚ ਬਿਹਤਰੀ ਆ। ਵਜ੍ਹਾ? ਮੈਨੂੰ ਤੇਰਾ ਕੇਸ ਸੁਣ ਕੇ ਨਾ ਤੇ ਮੈਨੂੰ ਅਟੈਕ ਹੋਣ ਵਾਲਾ ਹੋਇਆ, ਬੰਦ ਕਰ ਦੇ। ਯਾਰ ਤੂੰ ਪੰਪ ਲਾ, ਮੈਂ ਨਹੀਂ ਲਾਉਣਾ ਪੰਪ। ਕਿਉਂ ਨਹੀਂ ਲਾਉਣਾ ਯਾਰ ਤੂੰ? ਤੂੰ ਕੀ, ਮੈਂ ਨਹੀਂ ਲਾਉਣਾ ਵੀ, ਤੂੰ ਕੀ ਕਰ ਲਏਗਾ ਮੇਰਾ? ਪੈਸੇ ਨਹੀਂ ਤੁਹਾਨੂੰ ਦਿੱਤੇ ਪੰਪ? ਮੈਂ ਤਾਂ ਦਿੱਤੇ ਹੀ ਨਹੀਂ ਪੈਸੇ। ਆ ਮੈਂ ਤਾਂ 20,000 ਰੁਪਏ ਗੱਲ ਮੁਕਾਈ। 20,000 ਰੁਪਈਆ ਤੂੰ ਕਿਤੇ ਕਿੱਦਾਂ ਕਿੱਦਾਂ ਭੇਜ ਦਿੱਤਾ? ਫੋਨ ਤੇ ਤਾਂ ਗੱਲ ਹੋਣ ਡਈ ਆ। ਨਹੀਂ ਮੈਂ ਤੁਹਾਨੂੰ ਕਿਹਾ ਨਹੀਂ, 20 ਤੁਸੀਂ ਲੈ ਲੈਣਾ, ਬੰਦੇ ਦੀ ਗੱਲ ਹੀ ਹੁੰਦੀ, ਮੈਂ ਕਹਿ ਦਿੱਤਾ ਤੁਹਾਨੂੰ ਆ ਗਿਆ। ਅੱਜ ਜਿੱਦਾਂ ਤੂੰ ਪੈਸੇ ਦਿੰਦਾ ਏਦਾਂ ਨੇ ਤੇਰੀ ਬੜੀ ਦੁਨੀਆ ਕਰਜਾਈ ਹੋਈ ਆ, ਬੜਿਆ ਕੋ ਪੈਸੇ ਲੈਣੇ ਤੂੰ। ਬੰਦ ਕਰ ਫੋਨ। ਭਾਜੀ ਗੱਲ ਸੁਣ, ਚੱਲ ਮੁੰਡੇ ਸਮਾਰ ਚੁੱਕ ਚਲੀਏ। ਇੱਕ ਮਿੰਟ ਭਾਜੀ ਗੱਲ ਸੁਣ ਲਓ, ਗੱਲ ਸੁਣ ਲਓ, ਲੈ ਦੱਸ ਤੁਹਾਡੇ ਲਾਇਆ ਸਮਾਰ ਕਰ ਚਲੀਏ, ਕੋਈ ਆਟੋ ਰੂਟਰ ਵੀ ਹੈਗਾ ਇਹ। ਭਾਜੀ ਗੱਲ ਤੇ ਸੁਣ ਲਓ, ਉਹ ਸੁਧਾਰ ਪੰਪ ਲਾਉਣ ਨਾਲ ਨਿਕਲ ਜਾਣਾ ਮੇਰੀ, ਪਹਿਲੇ ਗੱਲ ਸੁਣ ਲਓ। ਉਹ ਜਨਾਬ, ਤੁਹਾਡੇ ਨਾਲ ਛੋਟਾ ਜਿਹਾ ਸ਼ੁਗਲ ਕੀਤਾ, ਮਜ਼ਾਕ ਕੀਤਾ, ਇਹਦੀ ਮਾਫ਼ੀ ਦੇ ਦੇਣਾ ਮੈਨੂੰ। ਸਖਾਵਤ ਨਾਜ਼ ਅਫੀਸ਼ੀਅਲ ਚੈਨਲ ਤੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਤੇ ਉੱਥੋਂ ਤੁਹਾਨੂੰ ਇਹ ਫੋਨ ਕੀਤਾ ਤੁਹਾਡੇ ਨਾਲ ਸਿਰਫ ਦੋ ਘੜੀਆਂ ਸ਼ੁਗਲ ਲਾਉਣ ਵਾਸਤੇ, ਤਾਂ ਬੜੀ ਮਿਹਰਬਾਨੀ ਹੈ। ਹੁਣ ਮੈਨੂੰ ਵੀ ਪਤਾ ਕਿ ਅੰਡਰਪਾਸ 'ਚ ਪੰਪ ਥੋੜ੍ਹਾ ਲੱਗਦਾ, ਸਿਰਫ ਜਗ੍ਹਾ ਤੁਹਾਨੂੰ ਉਹ ਦੱਸੀ ਸੀ ਕਿ ਜਿੱਥੋਂ ਥੋੜ੍ਹਾ ਜਿਹਾ ਤੁਸੀਂ ਤੱਪ ਸਕੋ, ਥੋੜ੍ਹੀ ਜਿਹੀ ਤੁਹਾਡੇ ਨਾਲ ਹਾਸੇ ਖੇਡਣ ਵਾਲੀਆਂ ਗੱਲਾਂ ਹੋਣ ਅਤੇ ਜਿਹਦੇ ਵਿੱਚ ਮੈਨੂੰ ਉਮੀਦ ਹੈ ਕਿ ਅਸੀਂ ਕਾਮਯਾਬ ਹੋਏ ਹਾਂ। ਥੈਂਕ ਯੂ ਸੋ ਮੱਚ, ਬਹੁਤ ਬਹੁਤ ਸ਼ੁਕਰੀਆ। ਖਵਾਤੀਨ ਹਜ਼ਰਾਤ, ਦੇਖਦੇ ਰਹੋ ਸਖਾਵਤ ਨਾਜ਼ ਅਫੀਸ਼ੀਅਲ, ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਇਹਨੂੰ ਦੋਸਤਾਂ ਤੱਕ ਸ਼ੇਅਰ ਕਰੋ, ਇਹਦੀ ਬੈਲ ਆਈਕੋਨ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ। ਹੁਣ ਸਖਾਵਤ ਨਾਜ਼ ਅਫੀਸ਼ੀਅਲ ਚੈਨਲ 'ਚੋਂ